ਦੇਖੋ ਬਠਿੰਡਾ ਦੀ ਇੱਕ ਵਿਧਵਾ ਔਰਤ ਨਾਲ ਕਿਸ ਨੇ ਮਾਰੀ 1,08,00,000 ਦੀ ਠੱਗੀ ਅਤੇ ਨਕਲੀ ਵਸੀਅਤ ਬਣਾ ਕੇ ਕਿਸ ਨੇ ਕਰਵਾਈ ਉਸਦੀ ਜਾਇਦਾਦ ਆਪਣੇ ਨਾਮ। ਮੈਂ ਬਹੁਤ ਪਰੇਸ਼ਾਨ ਕੀਤੀ ਹਾਂ ਜੀ, ਰਾਣਾ ਪ੍ਰਤਾਪ ਜੀ, ਦਲਵਾਗ ਸਰਪੰਚ ਜੀ, ਪਿੰਡ ਬਾਂਬਾਂ ਤੋਂ ਮੇਰੇ 'ਤੇ ਝੂਠੇ ਪਰਚੇ ਪਵਾਉਂਦੇ ਆਏ ਅਤੇ ਮੇਰੇ ਪਤੀ ਦਾ ਕਤਲ ਕਰਤਾ ਜੀ ਉਹਨਾਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਹਾਂ ਗੁਰੂ ਪਿਆਰੇ, ਤੁਸੀਂ ਸਭ ਆਖੂਬੀ ਜਾਣਦੇ ਹੋ ਕਿ ਅੱਜ ਸਮਾਜ ਵਿੱਚ ਕੁਝ ਲੋਕਾਂ ਦੀ ਇਨਸਾਨੀਅਤ ਇੰਨੀ ਮਰ ਗਈ ਹੈ, ਜ਼ਮੀਰ ਇੰਨੇ ਮਰ ਚੁੱਕੇ ਨੇ ਕਿ ਉਹ ਜ਼ਮੀਨ ਜਾਇਦਾਦ ਅਤੇ ਪ੍ਰੋਪਰਟੀ ਵਾਸਤੇ ਕਿਸੇ ਵੀ ਹੱਦ ਤੱਕ ਗਿਰ ਜਾਂਦੇ ਨੇ। ਜਿੱਥੇ ਭਰਾ ਭਰਾ ਦਾ ਕਾਤਲ ਬਣ ਗਿਆ ਹੈ, ਉੱਥੇ ਹੀ ਕੁਝ ਲੋਕ ਬੇਵਸ ਵਿਧਵਾ ਔਰਤਾਂ ਨੂੰ ਵੀ ਆਪਣਾ ਸ਼ਿਕਾਰ ਬਣਾਉਣ ਤੋਂ ਬਾਜ ਨਹੀਂ ਆਉਂਦੇ। ਬਠਿੰਡਾ ਦੇ ਪ੍ਰੈਸ ਕਲੱਬ ਵਿੱਚ ਪਹੁੰਚੀ ਇੱਕ ਵਿਧਵਾ ਔਰਤ ਰਾਣੀ ਕੌਰ ਨੇ ਦੱਸਿਆ ਕਿ ਮੇਰੇ ਪਿੰਡ ਦੇ ਬਾਮ ਜ਼ਿਲ੍ਹਾ ਮੁਕਤਸਰ ਦੇ ਰਸਾਲ ਸਿੰਘ ਨਾਲ ਸ਼ਾਦੀ ਹੋਈ ਸੀ। ਰਸਾਲ ਸਿੰਘ ਦਾ ਬੈਂਕ ਵਿੱਚ 1,08,00,000 ਰੁਪਇਆ ਜਮ੍ਹਾਂ ਸੀ ਅਤੇ ਕੁਝ ਲੋਕਾਂ ਨੇ ਧੋਖਾਧੜੀ ਨਾਲ ਉਹ ਸਾਰਾ ਪੈਸਾ ਕਢਵਾ ਲਿਆ। ਤੇ ਜਦੋਂ ਉਸ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਸ ਨੇ ਕੁਝ ਬੰਦਿਆਂ ਨਾਲ ਗੱਲਬਾਤ ਕੀਤੀ ਅਤੇ ਮੈਂ ਪੇਕੇ ਪਿੰਡ ਮਿਲਣ ਆਈ ਸੀ ਤਾਂ ਉਹਨਾਂ ਨੇ ਇਸ ਮਾਮਲੇ ਤੇ ਮਿੱਟੀ ਪਾਉਣ ਦੇ ਲਈ ਰਸਾਲ ਸਿੰਘ ਦਾ ਕਤਲ ਕਰ ਦਿੱਤਾ ਸੀ ਅਤੇ ਉਸ ਦਾ ਮੇਰੇ ਉੱਤੇ ਹੀ ਬਾਈ ਨੇਮ ਪਰਚਾ ਦਰਜ ਕਰਵਾ ਦਿੱਤਾ। ਪੁਲਿਸ ਨੇ ਆਪਣੀ ਪੂਰੀ ਜਾਂਚ ਕੀਤੀ, ਤਫਤਿਸ਼ ਕੀਤੀ ਅਤੇ ਉਸ ਤੋਂ ਬਾਅਦ ਮੈਨੂੰ ਨਿਰਦੋਸ਼ ਕਰਾਰ ਦੇ ਦਿੱਤਾ ਗਿਆ। ਹੁਣ ਜ਼ਮੀਨ ਤੇ ਦਫਾ 45 ਲੱਗੀ ਹੋਈ ਹੈ ਅਤੇ ਸਾਰੇ ਆਰੋਪੀਆਂ ਤੇ 420 ਦਾ ਮਾਮਲਾ ਦਰਜ ਕੀਤਾ ਗਿਆ ਹੈ, ਪਰ ਅਜੇ ਤੱਕ ਰਸਾਲ ਸਿੰਘ ਦੇ ਕਤਲ ਦਾ ਮਾਮਲਾ ਕਿਸੇ ਉੱਤੇ ਵੀ ਦਰਜ ਨਹੀਂ ਕੀਤਾ ਗਿਆ ਕਿਉਂਕਿ ਇਸ ਵਿੱਚ ਕੁਝ ਸਿਆਸੀ ਬੰਦਿਆਂ ਦਾ ਹੱਥ ਹੈ ਜੋ ਮੇਰੀ 30-32 ਕਿੱਲੇ ਜ਼ਮੀਨ ਹੜੱਪ ਕਰਨਾ ਚਾਹੁੰਦੇ ਹਨ। ਮੈਂ ਪ੍ਰਸ਼ਾਸਨ ਤੋਂ ਮੰਗ ਕਰਦੀ ਹਾਂ ਕਿ ਮੈਨੂੰ ਇਨਸਾਫ ਦਿੱਤਾ ਜਾਵੇ। ਰਾਣੀ ਹੈ ਜੀ ਮੇਰਾ ਨਾਮ। ਹਾਂਜੀ, ਕੀ ਕਹਿਣਾ ਹੈ, ਕੀ ਗੱਲ ਹੋਈ? ਮੈਂ ਬਹੁਤ ਪਰੇਸ਼ਾਨ ਕੀਤੀ ਹਾਂ ਜੀ, ਰਾਣਾ ਪ੍ਰਤਾਪ ਜੀ, ਦਲਵਾਗ ਸਰਪੰਚ ਜੀ, ਪਿੰਡ ਬਾਂਬਾਂ ਤੋਂ ਮੇਰੇ 'ਤੇ ਝੂਠੇ ਪਰਚੇ ਪਵਾਉਂਦੇ ਆਏ ਅਤੇ ਮੇਰੇ ਪਤੀ ਦਾ ਕਤਲ ਕਰਤਾ ਜੀ ਉਹਨਾਂ ਨੇ। ਕਤਲ ਕਰਕੇ ਮੇਰੇ 'ਤੇ ਬਾਈ ਨੇਮ ਪਰਚਾ ਕਟਾਇਆ ਜੀ ਕਤਲ ਦਾ। ਉਹਦੇ ਵਿੱਚ ਮੈਨੂੰ ਬਹੁਤ ਕੁੱਟਮਾਰ ਕੀਤੀ, ਇੱਕ ਮੇਰਾ ਮਾਸੂਮ ਬੱਚਾ ਸੀ ਉਹਦੇ ਸਾਹਮਣੇ ਬੜੀ ਮੇਰੀ ਪਰੇਸ਼ਾਨੀ ਵਧਾਈ ਆ ਉਹਨਾਂ ਨੇ। ਜਿੱਥੇ ਕਿਤੇ ਪਾਉਂਦੇ ਆ ਦਰਖਾਸਤ ਪਾ ਦਿੰਦੇ ਆ ਜੀ। ਮਾਮਲਾ ਮੇਰਾ 32-33 ਕਿੱਲਿਆਂ ਦਾ ਜ਼ਮੀਨ ਦਾ ਜੀ, ਉਹਨਾਂ ਨੇ ਇੱਕ ਝੂਠੀ ਵਸੀਅਤ ਲਿਖ ਕੇ ਉਹ ਬਣਾ ਲਈ ਆਪਦੇ ਨਾਂ 'ਤੇ ਜੀ। ਹੁਣ ਜ਼ਮੀਨ 'ਤੇ 45 ਲੱਗੀ ਹੋਈ ਆ ਜੀ, DC 'ਤੇ ਮੇਰਾ ਕੇਸ ਚੱਲੀ ਜਾਂਦਾ ਗਾ। ਉਹ 2017 ਦੀ ਰਾਤ ਨੂੰ ਡੈਥ ਕਤਲ ਕਰਤਾ ਜੀ ਉਹਨਾਂ ਦਾ, ਰਾਣੇ ਪ੍ਰਤਾਪ ਵਰਗਿਆਂ ਨੇ। ਹਾਂਜੀ, ਸਾਨੂੰ ਉਹਦੇ ਵਿੱਚੋਂ ਕਲੀਨ ਚਿੱਟ ਦਿੱਤੀ ਆ, ਦੁਬਾਰਾ ਫਿਰ ਮੇਰੇ 'ਤੇ ਦਰਖਾਸਤਾਂ ਪਾਈ ਜਾਂਦੇ ਆ ਜੀ। ਹੁਣ ਮੈਨੂੰ ਫਿਰ ਪਰੇਸ਼ਾਨ ਕਰੀ ਉਹਨਾਂ ਦੇ ਵਿੱਚ, ਪੋਲੀਟੀਕਲ ਤਾਂ ਬਹੁਤ ਜ਼ਿਆਦਾ ਗਏ ਜੀ। ਨਹੀਂ ਜੀ ਸਰ, ਨਾ ਨਹੀਂ ਲੈਣਾ ਚਾਹੁੰਦੀ ਮੈਂ ਕਿਸੇ ਦਾ, ਕਿਉਂ ਮੇਰਾ ਇਕੱਲਾ ਬੱਚਾ ਗਾ, ਵੀ ਮੈਨੂੰ ਬਹੁਤ ਜ਼ਿਆਦਾ ਡਰ ਲੱਗਦਾ ਗਾ। ਪੈਸਾ 1,08,00,000 ਕਢਾਇਆ ਗਿਆ ਜੀ ਸਰ, ਉਹਦੇ ਮੈਂ ਸਬੂਤ ਪੇਸ਼ ਕਰਦੀ ਹਾਂ ਗੇ, ਸੁਦੇ ਬੈਂਕ ਵਾਲੇ ਨਾਲ ਨੇ ਗੇ ਰਲੇ ਹੋਏ। ਰਜਿੰਦਰ ਸਿੰਘ, ਸਾਬਕਾ ਸਰਪੰਚ ਜਵਾਹਰ ਕੇ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕਿਸਾਨ ਵਿੰਗ ਦੇ ਮੈਂ ਮੀਤ ਪ੍ਰਧਾਨ ਹੈ। ਮੈਂ ਇਹ ਕਹਿਣਾ ਚਾਹੁੰਦਾ ਜੀ, ਇਹ ਪਿਛਲੇ ਦਿਨੀ ਜਦੋਂ ਇਹ ਮਾਮਲਾ ਮੈਨੂੰ ਦੱਸਿਆ, ਮੈਂ ਮਾਨ ਸਾਹਿਬ ਦੇ ਧਿਆਨ 'ਚ ਵੀ ਲਿਆਂਦਾ ਹੋਇਆ, ਲੇਕਿਨ ਇਹਨਾਂ ਨਾਲ ਇਹਨਾਂ ਦੇ ਪਤੀ ਦੇ ਟੇਢੇ ਢੰਗ ਨਾਲ ਬੰਦਿਆਂ ਨੇ ਅਕਾਊਂਟ ਮਿਲ ਕੇ ਮਤਲਬ ਉਹਦੇ ਪੈਸੇ ਕਢਾ ਲਏ 1,08,00,000 ਰੁਪਇਆ ਅਤੇ 33 ਕਿੱਲੇ ਵਾਹਣ ਦੇ ਝੂਠੀ ਵਸੀਅਤ ਕਰਵਾ ਲਈ ਉਹਨਾਂ ਨੇ। ਉਹਦੇ 27 ਤਰੀਕ ਦੀ ਰਾਤ ਨੂੰ 16 ਨੂੰ ਰਸਾਲਾ ਸਿੰਘ ਦਾ ਕਤਲ ਕਰ ਦਿੱਤਾ ਉਹ ਬੰਦਿਆਂ ਨੇ, ਕੇਸ ਇਹ 'ਤੇ ਝੂਠਾ ਪਵਾਤਾ, ਬਾਈ ਨੇ ਇਹ 'ਤੇ ਪਰਚਾ ਹੋ ਗਿਆ। 14 ਦਿਨ ਜਦੋਂ ਪੁਲਿਸ ਨੇ ਇਹਨੂੰ ਟੋਰਚਰ ਕੀਤਾ, ਪੁਲਿਸ ਨੇ ਵੱਡੇ ਵੱਡੇ ਅਫਸਰਾਂ ਨੇ ਇਹਨੂੰ ਆ ਕੇ ਬੇਗਨਾਹ ਕਰਕੇ ਇਹਨੂੰ ਛੱਡ ਦਿੱਤਾ। ਜਦੋਂ ਉਹ ਬੰਦੇ ਫੜ ਲਏ ਉਹਨਾਂ ਬੰਦਿਆਂ 'ਤੇ ਸਿਰਫ ਅਤੇ ਸਿਰਫ 420 ਦਾ ਪਰਚਾ ਦਿੱਤਾ ਹੈਗਾ, ਲੇਕਿਨ 302 ਹਜੇ ਤੱਕ ਰਸਾਲਾ ਸਿੰਘ ਦਾ ਕੋਈ ਪਰਚਾ ਦਰਜ ਨਹੀਂ ਹੋਇਆ ਵੀ ਉਹਦਾ ਕਤਲ ਕਿਹਨੇ ਕੀਤਾ।
ਕਾਰਨ ਇਹ ਹੈ ਵੀ ਉਹਦੀ ਪ੍ਰੋਪਰਟੀ ਹੈਗੀ ਉਹ ਮਹਿੰਗੀ ਹੈਗੀ, 32-33 ਕਿੱਲੇ ਵਾਹਣ ਦੇ ਆ, 1 ਕਰੋੜ ਅਤੇ 8 ਲੱਖ ਰੁਪਏ ਜਦੋਂ ਉਹ ਬੰਦਿਆਂ ਨੇ ਟੇਢੇ ਢੰਗ ਨਾਲ ਕਢਾ ਲਿਆ, ਉਹਨਾਂ ਨੂੰ ਇਹ ਹੋ ਗਿਆ ਵੀ ਸਾਡੇ ਤਾਂ ਰਸਾਲਾ ਸਿੰਘ ਹੁਣ ਪਰਚੇ ਕਰਾਓ, ਉਹਦੇ ਵੀ ਇਹਦੀ ਪਤਨੀ ਪਰਚੇ ਕਰਾਊਗੀ। ਪਰ ਲੇਕਿਨ ਉਹਨਾਂ ਨੇ ਕੀ ਕੀਤਾ, ਉਹ ਮੁੱਦਾ ਗਾਇਬ ਕਰਨ ਦੇ ਮਾਰੇ ਨੇ ਉਹਨੂੰ ਰਾਤ ਨੂੰ ਮਾਰ ਦਿੱਤਾ। ਤੁਸੀਂ ਕਿਸੇ ਉੱਚ ਅਧਿਕਾਰੀ ਨੂੰ ਮਿਲਿਆ? ਹਾਂ, ਮੈਂ ਆਈ ਜੀ ਸਾਹਿਬ ਨੂੰ ਕੱਲ੍ਹ ਮਿਲਿਆ ਜੀ, ਪਹਿਲਾਂ ਉਸ ਤੋਂ ਬਾਅਦ 'ਚ ਮੁਕਤਸਰ ਦੇ SSP ਸਾਹਿਬ ਨੂੰ ਮਿਲ ਕੇ ਆਇਆ ਮੈਂ। SSP ਸਾਹਿਬ ਜਦੋਂ ਸਾਈਨ ਕਰਨ ਲੱਗੇ ਮਾਰਕ ਕਰਨ ਵਾਸਤੇ ਵੀ ਕਿਹੜੇ ਅਫਸਰ ਨੂੰ ਕਰਾਂ, ਅਤੇ ਉਹਦਾ ਲੀਡਰ ਕਹਿੰਦਾ ਵੀ ਜੀ ਇਹ ਤਾਂ ਜੀ ਇਹਨਾਂ ਦਾ ਮਾਮਲਾ ਵੱਡਾ ਹੈਗਾ ਅਤੇ ਇਨਕੁਆਰੀ IG 'ਤੇ ਚੱਲਦੀ ਹੈ। ਉਹ ਕਹਿੰਦੇ ਤੁਸੀਂ DGP ਸਾਹਿਬ ਨੂੰ ਮਿਲੋ। ਮੈਂ DGP ਸਾਹਿਬ ਦੇ ਦਫ਼ਤਰ ਲੈ ਗਿਆ ਇਹਨਾਂ ਨੂੰ। ਉਹ ਉਹਨਾਂ ਨੇ ਜਦੋਂ ਐਪਲੀਕੇਸ਼ਨ ਉਹ ਕੀਤੀ ਕੰਪਿਊਟਰ 'ਤੇ ਕੱਢੀ, ਉਹ ਕਹਿੰਦੇ ਜੀ ਸਾਡੇ ਕਰਕੇ ਤੁਸੀਂ ਕਿਹਾ IG ਸਾਹਿਬ ਨੂੰ ਜ਼ਰੂਰ ਮਿਲੋ ਬਠਿੰਡੇ। ਫਿਰ ਮੈਂ ਕੱਲ੍ਹ IG ਸਾਹਿਬ ਨੂੰ ਮਿਲਿਆ, ਮੈਂ ਕਿਹਾ ਜੀ ਇਹਨਾਂ ਨਾਲ ਆਹ ਫਰਾਡ ਹੋਇਆ ਅਤੇ ਪਰ ਕਾਤਲ ਕਹਿੰਦਾ ਕਾਤਲ ਦਾ ਜੀ ਉਹ ਕਹਿੰਦੇ ਜੀ ਟਾਈਮ ਬਹੁਤ ਹੋ ਗਿਆ। ਦੇਖੋ ਇਹ ਸੀਨੀਅਰ ਅਧਿਕਾਰੀਆਂ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ, ਮਤਲਬ ਵੀ ਉਹਨਾਂ ਨੇ ਇਹ ਬਰੀਕੀ ਨਾਲ ਕਤਲ ਲੱਭਣਾ ਸੀ ਇਹਨਾਂ ਦਾ। ਅਸੀਂ ਮੰਗ ਕਰਦੇ ਹਾਂ ਵੀ ਉੱਚ ਅਧਿਕਾਰੀ ਅਫਸਰ ਤੋਂ ਮੰਗ ਕਰਦੇ ਹਾਂ, ਸਰਕਾਰ ਤੋਂ ਮੰਗ ਕਰਦੇ ਹਾਂ ਵੀ ਇਹ ਵਿਧਵਾ ਔਰਤ ਨੂੰ ਇਨਸਾਫ ਮਿਲੇ ਅਤੇ ਉਹਦਾ ਕਤਲ ਕੱਢਿਆ ਜਾਵੇ। ਗੁਰਪਿਆਰੇ, ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਅਤੇ ਉੱਚ ਅਧਿਕਾਰੀਆਂ ਦਾ ਫਰਜ਼ ਬਣਦਾ ਹੈ ਕਿ ਉਹ ਸੰਜੀਦਗੀ ਦੇ ਨਾਲ ਇਸ ਮਸਲੇ ਦਾ ਹੱਲ ਕੱਢਣ, ਜਿਸ ਦੇ ਵਿੱਚ ਇੱਕ ਔਰਤ ਨੂੰ ਵਿਧਵਾ ਕਰ ਦਿੱਤਾ ਗਿਆ, ਉਸਦੇ ਪਤੀ ਦਾ ਕਤਲ ਕਰ ਦਿੱਤਾ ਗਿਆ, 1 ਕਰੋੜ 8 ਲੱਖ ਰੁਪਏ ਇੱਕ ਖਾਤੇ ਵਿੱਚੋਂ ਕਢਵਾ ਲਿੱਤੇ ਗਏ, ਇਹ ਕੋਈ ਛੋਟਾ ਗੁਨਾਹ ਨਹੀਂ ਹੈ। ਜਦ ਇਹ ਪਤਨੀ ਬੇਕਸੂਰ ਸਾਬਿਤ ਹੋਈ ਹੈ ਤਾਂ ਹੁਣ ਕਸੂਰਵਾਰ ਕੌਣ ਹੈ? ਪੁਲਿਸ ਨੂੰ ਚਾਹੀਦਾ ਹੈ ਕਿ ਜਲਦ ਤੋਂ ਜਲਦ ਇਹਨਾਂ ਕਸੂਰਵਾਰਾਂ ਨੂੰ ਬੇਨਕਾਬ ਕੀਤਾ ਜਾਵੇ ਅਤੇ ਇਸ ਪੀੜਿਤ ਔਰਤ ਨੂੰ ਇਨਸਾਫ ਦਿਲਵਾਇਆ ਜਾਵੇ ਅਤੇ ਉਹ ਸਿਆਸੀ ਧਿਰਾਂ ਕਿਹੜੀਆਂ ਨੇ, ਉਹ ਰਸੂਖਦਾਰ ਕੌਣ ਨੇ ਜਿਹਨਾਂ ਦੇ ਚੱਲਦਿਆਂ ਅਜਿਹੇ ਕਤਲਕਾਂਡ ਕੀਤੇ ਜਾਂਦੇ ਨੇ, ਜਿਹਨਾਂ ਦੀਆਂ ਨਜ਼ਰਾਂ ਜ਼ਮੀਨਾਂ ਜਾਇਦਾਦਾਂ ਉੱਤੇ ਟਿਕੀਆਂ ਹੋਈਆਂ ਨੇ, ਜੋ ਇਹਨਾਂ ਜ਼ਮੀਨਾਂ ਜਾਇਦਾਦਾਂ ਵਾਸਤੇ ਕਿਸੇ ਨੂੰ ਵੀ ਮੌਤ ਦੇ ਘਾਟ ਉਤਾਰ ਸਕਦੇ ਨੇ, ਕਿਸੇ ਵੀ ਹੱਦ ਤੱਕ ਗਿਰ ਸਕਦੇ ਨੇ। ਅਜਿਹੇ ਲੋਕ ਵੀ ਪੁਲਿਸ ਅਤੇ ਪ੍ਰਸ਼ਾਸਨ ਨੂੰ ਜਲਦ ਤੋਂ ਜਲਦ ਬੇਨਕਾਬ ਕਰਨੇ ਚਾਹੀਦੇ ਨੇ। ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ? ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਨਾ। ਗੁਰਬਾਣੀ ਅਖੰਡਬਾਣੀ ਵਾਸਤੇ ਬਠਿੰਡਾ ਤੋਂ AS ਕੈਥ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨ ਵਾਸਤੇ ਬੈਲ ਨੂੰ ਰਿੰਗ ਕਰੋ।